ਇਹ ਉਮੀਦ ਨਹੀਂ ਸੀ ਕਿ ਇਵੇਂ ਛੱਡ ਕੇ ਜਾਣਗੇ। ਬਿਸਮਿਲਲਾਹਿਰਰਹਿਮਾਨਿਰਰਹੀਮ। ਅਸਲਾਮੁਅਲੈਕਮ। ਕੀ ਹਾਲ ਹੈ ਭੈਣਾਂ ਦਾ, ਭਰਾਵਾਂ ਦਾ, ਬਜ਼ੁਰਗਾਂ ਦਾ? ਸਭ ਠੀਕ ਠਾਕ ਹੋਵੇ। ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਠੀਕ ਠਾਕ ਰੱਖੇ ਅਤੇ ਸਾਨੂੰ ਵੀ ਆਪਣੇ ਘਰ ਵਿੱਚ ਸ਼ਾਦੋ ਆਬਾਦ ਰੱਖੇ। ਇਸੇ ਦੁਆ ਦੇ ਨਾਲ ਵਲੋਗ ਦਾ ਆਗਾਜ਼ ਕਰਨੇ ਹਾਂ ਜੀ। ਮੈਂ ਜਦੋਂ ਘਰ ਵਾਪਸ ਆਇਆ, ਓਏ ਹੋਏ 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 ਹੋਏ, ਹਾਲ ਓ ਬੇਹਾਲ। ਫਿਰ ਮੈਂ ਵੀ ਥੱਕਾ ਸਾਂ, ਕੱਲ੍ਹ ਦਾ ਗਰਮੀ 'ਚ ਬੇਹਾਲ ਹੋਇਆ ਪਿਆ ਸਾਂ, ਅਤੇ ਮੈਂ ਕਿਸੇ ਸ਼ੈ ਨੂੰ ਹੱਥ ਨਹੀਂ ਲਾਇਆ, ਮੈਂ ਸਿਰਫ ਪੌਦਿਆਂ ਨੂੰ ਪਾਣੀ ਪਾਇਆ ਸੀ। ਹੁਣ ਨਾਲੇ ਪੌਦਿਆਂ ਨੂੰ ਪਾਣੀ ਪਾਇਆ, ਨਾਲੇ ਚਾਰ ਚਫੇਰਿਓਂ ਜਿਹੜਾ ਨਾ ਉਹ ਘਰ ਧੋਤਾ, ਪਿਛਲੇ ਪਾਸਿਓਂ ਸਾਫ਼ ਕਰ ਆਇਆ, ਧੋ ਆਇਆ। ਮੈਂ ਤੁਹਾਨੂੰ ਇੱਕ ਨਜ਼ਰ ਮਰਵਾਉਣਾ, ਫਿਰ ਇਹ ਜਿਹੜਾ ਸਾਰਾ ਹੈ ਨਾ, ਇਹਨੂੰ ਵੀ ਅਗਾਂਹ ਕਿਸੇ ਟਿਕਾਣੇ ਕਰਨੇ। ਪਾਣੀ ਜ਼ਾਇਰ ਨਹੀਂ ਹੁੰਦਾ ਪਿਆ, ਪਾਣੀ ਬਾਹਰ ਪੌਦਿਆਂ 'ਚ ਪੈਂਦਾ ਪਿਆ। ਮਾਸ਼ਾਅੱਲਾ, ਇਹ ਸਾਨੂੰ ਫਾਇਦਾ ਦੋਵਾਂ ਵੇੜਿਆਂ ਦਾ। ਅਤੇ ਕਸਮੇ ਹਾਲਤ ਖਰਾਬ ਹੋਈ ਪਈ ਸੀ, ਮੈਂ ਸਾਰੀ ਸਫਾਈ ਕਰ ਆਏ ਤੋੜ ਤੋੜ। ਅਤੇ ਅੱਜ ਇੱਕ ਬੜੀ ਵੱਡੀ ਖੁਸ਼ਖਬਰੀ ਹੈ, ਉਹ ਤੁਹਾਨੂੰ ਅਗਾਂਹ ਜਾ ਕੇ ਮੈਂ ਦੱਸਾਂਗਾ ਕਿ ਕਿਹੜੀ ਖੁਸ਼ਖਬਰੀ ਹੈ। ਫਿਲਹਾਲ ਮੈਂ ਨਾ ਇਹ ਜਿਹੜਾ ਹੈ ਨਾ ਗੰਦ, ਇਹਨੂੰ ਅਗਾਂਹ ਕਰ ਲਵਾਂ। ਸਾਰਾ ਘਰ ਮਾਸ਼ਾਅੱਲਾ ਧੁੱਪ ਗਿਆ। ਇਹ ਪੈਪ ਮੈਂ ਇਸ ਵਾਸਤੇ ਨਹੀਂ ਕੁੰਝ ਕੇ ਅਤੇ ਪੁਰਾਣੇ ਵਾਸ਼ਰੂਮ 'ਚ ਰੱਖਿਆ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਨਾ ਪਿਛਲੇ ਕਲਿੱਪ 'ਚ। ਖੁਸ਼ਖਬਰੀ ਇਹ ਵੇ ਕਿ ਸਾਡਾ ਅੱਗੇ ਤੁਹਾਨੂੰ ਪਤਾ ਕਿ ਡਿਵਾਈਸ ਲੱਗੀ ਸੀ, ਮਤਲਬ ਐਂਟੀਨਾ ਲੱਗਾ ਸੀ ਵਾਇਰਲੈਸ ਨੈੱਟ, ਅਤੇ ਉਸੇ ਕੰਪਨੀ ਨੇ ਜਿਹੜਾ ਨਾ ਹੁਣ ਫਾਈਬਰ ਕੇਬਲ ਜਿਹੜੀ ਨਾ ਉਹ ਵਿਛਾ ਦਿੱਤੀ ਹੈ। ਕੱਲ੍ਹ ਵਿਛਾਉਂਦੇ ਰਹੇ ਨੇ, ਲੇਕਿਨ ਮੈਂ ਘਰ ਕੋਲ ਨਹੀਂ ਸਾਂ। ਇਸ ਵਾਸਤੇ ਸਾਡਾ ਘਰ ਉਹਨਾਂ ਨਾ ਉਹ ਕੋਇਲ ਜਿਹੀ ਹੀ ਖੰਭੇ 'ਤੇ ਵਲੇਟ ਕੇ ਰੱਖ ਦਿੱਤੀ, ਅਤੇ ਹੁਣ ਉਹਨਾਂ ਆਉਣਾ ਅਤੇ ਸਾਡਾ ਵੀ ਜਿਹੜਾ ਨਾ ਐਂਟੀਨਾ ਹਟਾ ਕੇ। ਐਸੀ ਵੀ ਜਾਨਵਰਾਂ ਦਾ, ਪਰਿੰਦਿਆਂ ਦਾ ਬੜਾ ਗੰਦ ਪੈਂਦਾ ਹੁੰਦਾ ਸੀ, ਇੱਕ ਤਾਂ ਐਂਟੀਨਾ ਹਟ ਜਾਏਗਾ ਅਤੇ ਦੂਸਰਾ ਜਿਹੜਾ ਅੱਗੇ ਸਿਗਨਲ ਡਰਾਪ ਹੁੰਦੇ ਸਨ ਨਾ, ਉਹ ਡਰੋਪਿੰਗ ਖਤਮ ਹੋ ਜਾਏਗੀ ਅਤੇ ਨੈੱਟ ਬਿਲਕੁਲ ਜ਼ਬਰਦਸਤ ਹੋ ਜਾਏਗਾ। ਅੱਗੇ ਵੀ ਸਾਡਾ ਮਾਸ਼ਾਅੱਲਾ ਕਨੈਕਸ਼ਨ ਬੜਾ ਸਟਰੋਂਗ ਸੀ, 20 MB ਦਾ ਕਨੈਕਸ਼ਨ ਸੀ, ਅਤੇ ਹੁਣ ਜਦੋਂ ਉਹਨਾਂ ਫਾਈਬਰ ਇਹ ਕੇਬਲ ਜਿਹੜੀ ਵਿਛਾ ਦਿੱਤੀ ਅਤੇ ਕਨੈਕਸ਼ਨ ਮਜ਼ੀਦ ਬਿਹਤਰ ਹੋ ਜਾਣਾ, ਅਤੇ ਹੁਣ ਬਸ ਉਹਨਾਂ ਆਉਣਾ ਹੈ ਅਤੇ ਤਾਰ ਪਾ ਕੇ ਅਤੇ ਫਿਰ ਉਹ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰਾਂਗੇ। ਘਰ ਮੈਂ ਮਾਸ਼ਾਅੱਲਾ ਸਾਰਾ ਸਫ਼ਾ ਬਿਲਕੁਲ ਨਹੀਂ ਜ਼ਾਇਆ ਹੁੰਦਾ। ਜਿਹੜਾ ਇਸ ਵੇੜੇ ਦਾ ਪਾਣੀ, ਮੈਂ ਅੱਗੇ ਵੀ ਇੱਕ ਵਾਰੀ ਵਲੋਗ ਵਿੱਚ ਤੁਹਾਨੂੰ ਦੱਸਿਆ ਸੀ ਕਿ ਅੰਗੂਰ ਦੀ ਵੱਲ ਇਹ ਪੌਦੇ ਵਾਰੋ ਵਾਰੀ ਪਿਆਨਾ ਵਾ, ਅਤੇ ਜਿਹੜਾ ਉਹ ਪੁਰਾਣੇ ਵਿਹੜੇ ਦਾ ਪਾਣੀ ਆ ਉਹ ਉੱਧਰ ਆਉਂਦਾ, ਉੱਧਰੋਂ ਹੋ ਕੇ ਉੱਧਰ ਆਉਂਦਾ, ਅਤੇ ਇਵੇਂ ਕਰਕੇ ਨਾ ਉਹ ਮਾਸ਼ਾਅੱਲਾ ਉਹ ਪੁਰਾਣਾ ਵਿਹੜਾ ਵੀ ਮੈਂ ਧੋਤਾ ਸੀ, ਉਹ ਵੀ ਪਰਲਾ ਪਾਸਾ ਵੀ ਪੀਚ ਗਿਆ, ਇਹ ਵੀ ਪੀਚ ਗਿਆ, ਜ਼ਬਰਦਸਤ ਆ ਗਏ ਨੇ। ਅਤੇ ਹੁਣ ਇਹ ਤਾਰ ਪਾਉਣਗੇ ਉਹ ਖੰਭੇ 'ਤੇ, ਰਕਸ਼ਾ ਇਸੇ ਕੰਮ ਵਾਸਤੇ ਰੱਖਿਆ। ਇਹ ਐਂਟੀਨਾ ਕਿਹਦਾ ਲਾ ਕੇ ਲਿਆਉਂਦਾ? ਅੱਛਾ ਭਾਈ ਸ਼ਰੀਦਾ, ਰਸੀੜੀ ਬੜੀ ਕਮਾਲ ਦੀ ਚੁੱਕੀ ਫਿਰ। ਇਹ ਨਾ ਤਾਰ ਹੁਣ ਇਵੇਂ ਦਾ ਹਿਸਾਬ ਕਿਤਾਬ ਨਾਲ ਪਾਈ, ਮੇਰਾ ਵੀਰ ਥੱਲੇ ਲਟਕੇ ਨਾ ਤਾਰ। ਪੁਤਲਾ ਬਾਂਸ ਲਾ ਕੇ ਬਸ ਛੁੱਟੀ ਉਹਦੀ। ਚਲੋ ਸਾਰਾ ਜਿੰਨੇ ਵੀ ਇਹਨਾਂ ਦੇ ਕਿੰਨੇ ਇਮਤਿਆਜ਼ ਕਨੈਕਸ਼ਨ ਹੈ ਤੁਹਾਡੇ ਇਸ ਨੈਟਵਰਕ 'ਚ? ਇਹ ਫਤਿਹਪੁਰ ਇਸ ਨਾਲ ਦੇ ਸਰ 2000+ ਜ਼ਬਰਦਸਤ। ਇਹ ਸਾਰੇ ਫਾਈਬਰ ਕਰਦੇ ਹੋ? ਅੱਛਾ ਨਹੀਂ, ਤੇ ਸਾਡੇ ਤੇ ਇੰਨਾ ਸ਼ਫਕਤ ਕਰਨ ਦੀ ਕੀ
ਜ਼ਰੂਰ ਅੱਛਾ 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 ਸਹੀ ਤੁਹਾਡਾ ਉਧਰ ਯਾਰ ਨਹੀਂ ਕੋਈ ਨੈਟਵਰਕ ਉਧਰ ਟਰਕੂ ਵਾਲੇ ਪਾਸੇ ਨਹੀਂ ਸਰ ਉਧਰ ਨਹੀਂ ਹੈ ਟਰਕੂ ਵਾਲੇ ਪਾਸੇ ਨਹੀਂ ਚੁਬਾਰਾ ਨਾਲ ਸਿਟੀ ਇਹ ਤਹਿਸੀਲ ਹੈ ਉਧਰ ਕੋਈ ਪ੍ਰੋਵਾਈਡਰ ਕੋਈ ਹੋਣਾ ਤੇ ਹੈ ਉਧਰ ਹੋਰ ਕੰਪਨੀ ਆਲਰੇਡੀ ਕੰਮ ਕਰ ਰਹੀ ਹੈ ਹੈ ਹਾਂਜੀ ਤੁਸੀਂ ਚੌਕ ਆਦਮ ਤੁਹਾਨੂੰ ਪਤਾ ਲੱਗੇਗਾ ਅੱਛਾ ਹਾਂਜੀ ਮੁਦੱਸਰ ਨਾਮ ਦਾ ਲੜਕਾ ਕਾਜ਼ੀਆਬਾਦ ਦਾ ਕਾਜ਼ੀਆਬਾਦ ਦਾ ਚਲਾ ਰਿਹਾ ਕੋਈ ਹੈ ਉਹਦਾ ਨੰਬਰ ਨੰਬਰ ਹਾਂ ਉਹਦਾ ਨੰਬਰ ਮਿਲ ਜਾਣਾ ਉਹ ਨੰਬਰ ਮੈਨੂੰ ਤੇ ਲਾਜ਼ਮੀ ਦੇ ਕੇ ਜਾਣਾ ਹਾਂ ਕਿਉਂਕਿ ਉਧਰ ਬਹੁਤ ਜ਼ਿਆਦਾ ਨੇ ਯੂਜ਼ਰ ਤੇ ਅਗਰ ਕੋਈ ਹਿਸਾਬ ਕਿਤਾਬ ਐਵੇਂ ਦਾ ਲੱਗ ਜਾਏ ਤੇ ਲੇਕਿਨ ਨੈਟ ਦੀ ਵਜ੍ਹਾ ਤੋਂ ਬੜੇ ਦੁਖੀ ਨੇ ਚੱਲੇ ਨੇ ਉਹ ਖੰਭੇ ਤੇ ਅਤੇ ਉੱਥੇ ਜਾ ਕੇ ਵੀ ਤੁਹਾਨੂੰ ਸਾਰਾ ਵਿਖਾਉਣਾ ਕਿਵੇਂ ਤਾਰ ਵਿਛਾਉਂਦੇ ਨੇ ਬੜਾ ਮਿਹਨਤ ਤਲਬ ਕੰਮ ਹੈ ਲੇਕਿਨ ਇਹ ਕਿ ਇੱਕ ਅੱਛਾ ਜਿਹੜਾ ਬਿਜ਼ਨਸ ਕਰਨ ਵਾਲਾ ਬੰਦਾ ਹਮੇਸ਼ਾ ਆਪਣੇ ਕਸਟਮਰ ਨੂੰ ਜਿਹੜਾ ਨਾ ਅੱਛੀ ਸਰਵਿਸ ਹੀ ਦਿੰਦਾ ਭਾਵੇਂ ਜਿਹੜੇ ਵੀ ਸ਼ੋਬੇ ਦਾ ਕੋਈ ਵੀ ਚੀਜ਼ ਸੇਲ ਕਰਦਾ ਕੋਈ ਅਤੇ ਸਾਡਾ ਪਿੰਡ ਜਿਹੜਾ ਨਾ ਸ਼ਹਿਰ ਤੋਂ ਬਿਲਕੁਲ ਨਾਲ ਪੈਂਦਾ ਮਾਸ਼ਾਅੱਲਾ ਅਤੇ ਇਸ ਵਜ੍ਹਾ ਤੋਂ ਇੱਥੋਂ ਤੀਕਰ ਸਾਡਾ ਨੈਟਵਰਕ ਇਹਨਾਂ ਦਾ ਜਿਹੜਾ ਨਾ ਫਾਈਬਰ ਦਾ ਸੋਕਾ ਇਹਨਾਂ ਅਪਣਾ ਲਿਆ ਜਿਹਦਾ ਸਾਨੂੰ ਵੀ ਫਾਇਦਾ ਹੋਏਗਾ ਇਹ ਸਮਝ ਲਓ ਕਿ ਇਹਨਾਂ ਦਾ ਜਿਹੜਾ ਨਾ ਇੱਕ ਇਹਨਾਂ ਨੇ ਡੀ ਪੀ ਲਾਈ ਇਸ ਡੀ ਪੀ ਦੇ ਵਿੱਚ ਕਿੰਨੇ ਕਨੈਕਸ਼ਨ ਲੱਗਣਗੇ 64 ਅਤੇ ਹਰ ਬੰਦੇ ਦੀ ਆਪਣੀ ਆਪਣੀ ਤਾਰ ਹੋਏਗੀ ਹਰ ਕਨੈਕਸ਼ਨ ਦੀ ਮਤਲਬ ਸਹੀ ਹੈ ਸੀੜੀ ਅਲਮੋਨੀਅਮ ਜਿਹਦੀ ਹੈ ਤੇ ਹਲਕੀ ਅੱਛਾ ਮੈਂ ਬਾਈ ਕੋਲ ਪੁੱਛਿਆ ਕਿ ਵਾਪਟਾ ਵਾਲੇ ਨਹੀਂ ਮਤਲਬ ਕੋਈ ਵੀ ਓਬਜੈਕਸ਼ਨ ਲਾਉਂਦੇ ਉਹ ਕਹਿੰਦੇ ਬਾਈ ਓਬਜੈਕਸ਼ਨ ਕਿਉਂ ਲਾਉਣ ਸਾਡੇ ਕੋਲ ਟੈਕਸ ਲੈਂਦੇ ਨੇ 5 ਰੁਪਏ ਫੀ ਖੰਭਾ ਨਾ ਵੀ ਲੈਣ ਤੇ ਇਹਦਾ ਕਿਹੜਾ ਕੋਈ ਖੰਭਾ ਕਿਹੜਾ ਭੁਰ ਚੱਲਾ ਵੇਖ ਕੇ ਮੇਰੇ ਵੀ ਖਿਆਲ ਨਾਲ ਸਖਤ ਕਰਕੇ ਨਾ ਇਹ ਵੀ ਥੱਲੇ ਟਰੈਕਟਰ ਜਾਂ ਕੋਈ ਵੀ ਚੀਜ਼ ਲੰਘੇ ਤਾਂ ਕੋਈ ਨਾ ਮਸਲਾ ਮਸਾਇਲ ਨਾ ਬਣੇ ਬਸ ਠੀਕ ਇਹ ਦੋ ਤਾਰਾਂ ਗਈਆਂ ਨੇ ਥੱਲੇ ਉੱਧਰ ਅੱਛਾ ਇਹ ਉੱਧਰੋਂ ਆਉਂਦੀ ਹੈ ਬਈ ਉਹ ਟਾਵਰ ਤੋਂ ਸਹੀ ਮੈਂ ਕਿਹਾ ਪਤਾ ਨਹੀਂ ਸ਼ਹਿਰੋਂ ਲੈ ਕੇ ਆਇਓ ਅੱਛਾ 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 ਟਾਵਰ ਨੂੰ ਸਹੀ ਇਹ ਜੋੜ ਲਾਉਣ ਵਾਸਤੇ ਬੜਾ ਬਰੀਕੀ ਦਾ ਕੰਮ ਹੈ
ਇਮਤਿਆਜ਼ ਤੋਂ ਆਪ ਅੱਗੇ ਹੋ। ਅੱਛਾ ਜੀ, ਸਾਰਾ ਕੰਮ ਖਤਮ ਕਰਕੇ ਅਤੇ ਹੁਣ ਬਸ ਸਾਡਾ ਆਖਰੀ ਹੈ ਵੈਨ ਬਈ, ਇਹ ਸਾਡਾ ਮੇਨ ਬੰਦਾ ਹੈ। ਜਦੋਂ ਨੈੱਟ ਜਾਂਦਾ ਅਤੇ ਉਹਦਾ ਫੋਨ ਬੰਦ ਕਰਨ ਵਾਲਾ ਬੰਦਾ ਇਹ ਵੇ। ਹਲੀ ਬਾਈ ਅਸਲਮ ਹਾਲ ਤਾਂ ਨਹੀਂ, ਉੱਥੇ ਤਾਂ ਨਹੀਂ ਹਲੀ ਗਏ, ਉੱਧਰ ਤਾਂ ਨਹੀਂ ਹਲੀ ਗਏ। ਸਹੀ, ਨੈੱਟ ਮਾਸ਼ਾਅੱਲਾ ਸਾਡਾ ਫਾਈਬਰ ਹੋ ਗਿਆ। ਇਹ ਡਿਵਾਈਸ ਟੈਂਡਾ ਜਿਹੜੀ ਇਹ ਵੀ ਹਲੀ ਅਸੀਂ ਇਸਤੇਮਾਲ ਕਰਦੇ ਹਾਂ। ਇਹਦੇ ਵਿੱਚ ਇਹ ਦੇਖ ਲਿਓ ਤੁਸੀਂ, ਇਹ ਗ੍ਰੇ ਤਾਰ ਜਿਹੜੀ ਹੈ ਇਹ ਪਿਛਲੀ ਮੇਨ ਤਾਰ ਇੱਧਰ ਪਿਛਲੇ ਪਾਸੇ ਰੱਖਿਆ, ਉਹ ਦੂਸਰੀ ਡਿਵਾਈਸ ਫਾਈਬਰ ਵਾਲੀ, ਉਹਦੇ ਵਿੱਚ ਇਹ ਡਿਵਾਈਸ, ਮਤਲਬ ਇਹਨੂੰ ਚੁੱਕ ਕੇ ਤੁਸੀਂ ਕਿਤੇ ਵੀ ਲਾ ਲਓ, ਸਿਗਨਲ ਇੰਪਰੂਵ ਹੋਣਗੇ। ਉਹ ਪੁਰਾਣੇ ਘਰ ਜਾਂ ਬਾਹਰ, ਲੇਕਿਨ ਅਸੀਂ ਇੱਥੇ ਇਹਨੂੰ ਫਿੱਟ ਰਹਿਣ ਦਿੱਤਾ ਕਿ ਇੱਥੇ ਕੰਮ ਠੀਕ ਹੈ। ਅਤੇ ਸਾਰਾ ਕੰਮ ਕਰਕੇ ਮਾਸ਼ਾਅੱਲਾ ਬਾਈ ਚਲੇ ਗਏ ਨੈੱਟ। ਮੈਂ ਕਹਿੰਦਾ ਕਿਆ ਹੀ ਬਾਤਾਂ ਨੇ ਨੈੱਟ ਦੀਆਂ, ਕੋਈ ਜਿਹੜਾ ਨਾ ਉਹ ਨਹੀਂ ਹੁੰਦਾ ਪਿਆ ਡਿਸਕੁਨੈਕਟ ਜਾਂ ਕੋਈ ਝਟਕਾ ਨਹੀਂ ਲੱਗਦਾ ਪਿਆ ਮਾਸ਼ਾਅੱਲਾ। ਮਾਸ਼ਾਅੱਲਾ, ਸੁਬਹ ਸੁਬਹ ਦਾ ਟਾਈਮ ਜੀ, ਠੰਡੀ ਮਿੱਠੀ ਹਵਾ ਚੱਲਦੀ ਵੀ, ਦੇਖੋ ਟਾਲੀ ਦੇ ਪੱਤੇ ਕਿਵੇਂ ਚੁੰਮਦੇ ਨੇ। ਲੇਕਿਨ ਇਹ ਹੀ ਹਵਾ 8 ਵਜੇ ਤੋਂ ਬਾਅਦ ਜਿਹੜੀ ਉਹ ਕਹਿਰ ਬਣ ਜਾਣਾ। ਇੰਨੀ ਕੁ ਸ਼ਦੀਦ ਗਰਮੀ ਪੈਂਦੀ ਹੈ, ਇੰਨੀ ਕੁ ਸ਼ਦੀਦ ਗਰਮੀ ਪੈਂਦੀ ਹੈ ਨਾ ਜਿਹਦਾ ਹਿਸਾਬ ਨਹੀਂ। ਵਾਈਫਾਈ ਵਾਲਾ ਇਹ ਜਿਹੜਾ ਨਾ ਫਾਈਬਰ ਵਿਛਾ ਕੇ ਗਏ ਸਨ, ਕੁਨੈਕਸ਼ਨ ਫਾਈਬਰ ਵਾਲਾ ਚਾਲੂ ਕਰ ਗਏ ਸਨ, ਅਤੇ ਮਾਸ਼ਾਅੱਲਾ ਫਿੱਟ ਫਾਟ ਜਿਹੜਾ ਨਾ ਉਹ ਚੱਲਦਾ ਪਿਆ ਵਾਈਫਾਈ। ਅੱਗੇ ਸਿਆਪਾ ਹੁੰਦਾ ਸੀ ਕਿ ਜਿਹੜਾ ਉਹ ਝਟਕਾ ਲੱਗਦਾ ਸੀ ਅਤੇ ਹੈਂਗ ਹੀ ਹੋ ਜਾਂਦਾ ਸੀ, ਡਿਵਾਈਸਾਂ ਚੱਲਦੀਆਂ ਰਹਿੰਦੀਆਂ ਸਨ, ਲੇਕਿਨ ਉਹਨੂੰ ਕੋਈ ਪਤਾ ਨਹੀਂ ਸੀ ਲੱਗਦਾ ਕਿ ਪਿੱਛੋਂ ਬੰਦ ਹੈ ਜਾਂ ਉੱਕਾ ਜਿਹੜਾ, ਉਹ ਕੋਈ ਪਤਾ ਨਹੀਂ ਸੀ ਲੱਗਦਾ। ਹੁਣ ਉਹ ਕਹਾਣੀ ਮੁੱਕ ਗਈ ਮਾਸ਼ਾਅੱਲਾ, ਜ਼ਬਰਦਸਤ ਫਿੱਟ ਫਾਟ ਹੋ ਗਿਆ। ਅਤੇ ਅਸਾਂ ਸੋਚਿਆ ਸੀ ਇਹ ਥਾਂ ਜਿਹੜੀ ਹੈ ਇਹਨੂੰ ਵਵਾ ਕੇ ਅਤੇ ਰੱਖ ਦੇਵਾਂਗੇ ਅਤੇ 1.5-2 ਮਹੀਨੇ ਸਾਨੂੰ ਕੋਈ ਪਾਣੀ ਦੀ ਲੋੜ ਨਹੀਂ ਪੈਣੀ। ਲੇਕਿਨ ਸਾਡਾ ਪਲੈਨ ਹੋ ਗਿਆ ਫੇਲ। ਫੇਲ ਇਸ ਤਰ੍ਹਾਂ ਹੋ ਗਿਆ ਕਿ ਮੈਂ ਕੱਲ੍ਹ ਨਾ ਉਹ ਧੜ ਤੱਕ ਗਿਆ ਅਤੇ ਵੇਖ ਕੇ ਪਿੱਛੋਂ ਕਾਫੀ ਬੂਟੇ ਜਿਹੜੇ ਨਾ ਉਹ ਅੱਲਾ ਨੂੰ ਪਿਆਰੇ ਹੁੰਦੇ ਜਾਂਦੇ ਨੇ। ਅਤੇ ਫਿਰ ਬਾਈ ਸਾਹਿਬ ਨੂੰ ਫੋਨ ਕੀਤਾ ਕਿ ਆ ਕੇ ਨਾ ਦੌੜ ਸਵਾਗ ਕਰਦੇ ਅਤੇ ਇਹਦੀਆਂ ਵੱਟਾਂ ਖਿੱਚਦੇ ਅਤੇ ਫਿਰ ਜਿਹੜਾ ਨਾ ਇਹਨੂੰ ਵਾਰੀ 'ਤੇ ਪਿਆਜ਼ ਛੜਾਉਂਦੇ। ਇਹ ਪੌਦਿਆਂ ਨੂੰ ਮੈਂ ਸਵੇਰ ਸ਼ਾਮ ਪਾਣੀ ਦੇਣਾ, ਜਿਨ੍ਹਾਂ ਤੀਕਰ ਮੈਂ ਜਿਹੜਾ ਘਰ ਨਹੀਂ ਸਾਂ ਉਹਨਾਂ ਤੀਕਰ ਬਾਜੀ ਦੇ ਕੇ ਜਾਂਦੇ ਸਨ, ਲੇਕਿਨ ਹੁਣ ਜਿਹੜਾ ਮੈਂ ਸਵੇਰ ਸ਼ਾਮ ਇਹਨਾਂ ਨੂੰ ਪਾਣੀ ਦੇਣਾ, ਲੇਕਿਨ ਫਿਰ ਵੀ ਇਹਦੀ ਹਾਲਤ ਇਹ ਤੁਹਾਡੇ ਸਾਹਮਣੇ। ਪੱਤੇ ਸੜੇ ਪਏ, ਇੰਨੀ ਕਹਿਰ ਦੀ ਗਰਮੀ ਪੈਂਦੀ, 47-48-49 ਇੱਥੇ ਚੜਨ ਦਰਜਾ ਹਰਾਰਤ, ਯਕੀਨ ਮੰਨੋ। ਲੇਕਿਨ ਆਪ ਤਾਂ ਚਲੋ ਬੰਦਾ ਏ ਸੀ ਦੇ ਅੱਗੇ ਪਿਆ ਹੁੰਦਾ, ਅਤੇ ਬਾਹਰ ਜਿਹੜੀ ਵੀ ਚੀਜ਼, ਭਾਵੇਂ ਉਹ ਜਾਨਵਰ ਹੈ ਅਤੇ ਭਾਵੇਂ ਉਹ ਪੌਦੇ ਨੇ, ਉਹਨਾਂ ਦਾ ਸਤਿਆਨਾਸ ਹੋ ਜਾਂਦਾ। ਇਹਨਾਂ ਨੂੰ ਮੈਂ ਦਾਣੇ ਪਾਏ ਨੇ, ਠੰਡੇ ਟਾਈਮ ਇਹ ਵੀ ਆਪਣੀ ਮਿਹਨਤ ਮਜ਼ਦੂਰੀ ਕਰਦੇ ਨੇ, ਹੋਰ ਝਟਕੂ ਤੱਕ ਇਹਨਾਂ ਜਿਹੜਾ ਨਾ ਅੰਦਰ ਵੜ ਜਾਣਾ। ਸ਼ਾਮੀ ਪਾਣਾ ਭੁੱਲ ਗਿਆ ਸਾਂ, ਅਤੇ ਮੈਂ ਹੁਣ ਸਵੇਰੇ ਸਵੇਰੇ ਬਾਹਰ ਨਿਕਲਿਆ ਪਾਣੀ ਲਾਉਣ ਵਾਸਤੇ। ਮੈਂ ਵੇਖਿਆ, ਮੈਂ ਕਿਹਾ ਇਹਨਾਂ ਨੂੰ ਨਾ ਦਾਣੇ ਪਾ ਦੀ, ਵੇਖਣ ਮਾਸ਼ਾਅੱਲਾ ਕਿਵੇਂ ਲੈ ਕੇ ਜਾਂਦੇ ਨੇ ਪਏ। ਬੇਜ਼ਬਾਨ ਨੂੰ ਸਦਕਾ ਜਿਹੜਾ ਅੱਲਾ ਪਾਕ ਕਿੰਨਾ ਖੁਸ਼ ਹੁੰਦਾ, ਅੱਲਾ ਪਾਕ ਹਰ ਕਿਸੇ ਦੇ ਆਪਣੀ ਰਹਿਮਤ ਦਾ ਸਾਇਆ ਰੱਖੇ। ਤਾਂ ਕੀਤਾ ਅਤੇ ਬਾਹਰ ਟਰੈਕਟਰ ਦੀ ਆਵਾਜ਼ ਆਉਂਦੀ ਵੀ, ਮੇਰੇ ਖਿਆਲ ਆ ਗਏ ਇਹਨਾਂ ਵੱਟਾਂ ਖਿੱਚ ਕੇ ਅਤੇ ਫਿਰ ਨਹਿਰ ਦੀ ਪਾਣੀ ਦੀ ਵਾਰੀ 'ਤੇ ਨਾ ਪਿਆ। ਚਲ
ਆ ਟਰੈਕਟਰ ਚੱਲਦਾ ਪਿਆ ਅਤੇ ਇੱਕ ਖੇਤ ਬਈ ਸਾਖ ਕਹਿੰਦੇ ਨੇ ਉਹ ਵਾਹ ਲੈਣ ਲੱਗੇ ਨੇ, ਫਿਰ ਇਸ ਖੇਤ ਲਾਵਾਂਗੇ। ਅੱਛਾ ਜੀ, ਸਵੇਰੇ ਸਵੇਰੇ ਬੜਾ ਇੱਕ ਡਰਾਮਾ ਬਣਿਆ, ਤੂੜੀ ਵੇਚ ਦਿੱਤੀ ਸੀ, ਬਲਕਿ ਵੇਚ ਤਾਂ ਦਿੱਤੀ ਹੈ, ਪੈਸੇ ਦੇ ਗਏ, ਲੇਕਿਨ ਉਹ ਸਵੇਰੇ ਚੁੱਕਣ ਆਏ ਅਤੇ ਫਿਰ ਪਤਾ ਨਹੀਂ ਉਹਨਾਂ ਨੂੰ ਕੀ ਮਸਲਾ ਬਣਿਆ, ਵੇਖ ਨਾ ਟਰੈਕਟਰ ਟਰਾਲੀ ਦੇ ਟਾਇਰ, ਅਤੇ ਹੁਣ ਫੋਨ ਕਰਕੇ ਪੁੱਛਿਆ ਤਾਂ ਹਾਂ ਵੀ ਲਾ ਲੱਗੇ ਉਹ ਨਹੀਂ ਚੁੱਕੀ, ਟਰੈਕਟਰ ਤੋੜ ਆਇਆ ਅਤੇ ਉਹ ਤੂੜੀ ਨਹੀਂ ਚੁੱਕੀ। ਚਲੋ ਜਿਵੇਂ ਉਹਨਾਂ ਦੀ ਮਰਜ਼ੀ, ਪੈਸੇ ਦੇ ਗਏ ਸਾਡੇ, ਰੁਸ਼ਾਕ ਦੀ ਕੱਲ੍ਹ ਨੂੰ ਚੁੱਕੇ, ਪਰਸੋਂ ਚੁੱਕੇ, ਜਦੋਂ ਮਰਜ਼ੀ ਚੁੱਕੇ। ਅਤੇ ਇਹ ਵੇਖੋ ਜੀ, ਮਾਸ਼ਾਅੱਲਾ ਭਾਈ ਮਨਵਰ ਨੇ ਜਿਹੜੀਆਂ ਕੀਤੀਆਂ ਸਨ ਨਾ ਪਿਆਉਂਦਾ, ਇਵੇਂ ਲਹਿ ਲਹਾਉਂਦੀਆਂ ਨੇ ਪਈਆਂ, ਜਿਹੜੀਆਂ ਟਾਹਣੀਆਂ ਰਹਿੰਦੀਆਂ ਨੇ ਉਹ ਵੀ ਭਾਅ ਜੀ ਨੂੰ ਆਖਣਾ ਪਿਆ ਇਸ ਸਾਲ ਨਾ ਕਰ ਦੇ। ਮਾਸ਼ਾਅੱਲਾ ਸਾਰੀਆਂ ਜ਼ਬਰਦਸਤ। ਉਹ ਜਿਹੜੇ ਦੂਸਰੇ ਦੋ ਅੰਬ ਸਨ ਨਾ, ਜਿਹਨਾਂ ਮਤਲਬ ਨਹੀਂ ਸਨ ਫੁੱਟੀਆਂ ਪਿਛਲੇ ਸਾਲ, ਲੇਕਿਨ ਉਹ ਪਿਉਂਦਾ ਹਰੀਆਂ ਸਨ, ਮੈਂ ਤੁਹਾਨੂੰ ਵਿਖਾਉਂਦਾ, ਉਹ ਵੀ ਐਤਕੀ ਫੁੱਟ ਪਈਆਂ ਨੇ, ਬੜੀਆਂ ਸੋਹਣੀਆਂ ਮਾਸ਼ਾਅੱਲਾ ਉਹਨਾਂ ਨੇ ਤਾਜ਼ੀਆਂ ਜਿਹੜੀਆਂ ਨੇ ਉਹ ਟਾਹਣੀਆਂ ਕੱਢੀਆਂ ਨੇ। ਗੋਸ਼ ਖੇਤ ਵਾਹ ਲੈਂਦੇ ਨਾ ਅਤੇ ਫਿਰ ਇਸ ਪਾਸੇ ਆਉਣਗੇ, ਫਿਰ ਵਾਹ ਕੇ ਅਤੇ ਫਿਰ ਜਿਹੜਾ ਉਹ ਜਿੰਦਰਾ ਲਿਆਂਦਾ ਉਵੇਂ ਹੱਥ ਨਾਲ, ਭਾਈ ਅਬਦੁਲ ਗਫਾਰ ਤਾਂ ਹੈ, ਲੇਕਿਨ ਦੂਸਰਾ ਮਜ਼ਦੂਰ ਪਤਾ ਨਹੀਂ ਲੱਭਦਾ ਨਾ ਲੱਭਦਾ, ਇਹਦੇ ਨਾਲ ਹੀ ਜਿਹੜਾ ਨਾ ਬਈ ਸਾਖ ਵੱਟਾਂ ਕੱਢ ਲੈਣ, ਸੌਖਾ ਹੋ ਜਾਂਦਾ ਬੰਦਾ। ਇਹ ਅੰਬ ਸੀ ਪਿਛਲੇ ਸਾਲ, ਇਹਨੇ ਫੋਟ ਤਾਂ ਨਹੀਂ ਸੀ ਕੱਢੀ, ਪਿਉਂਦ ਨੇ ਫੋਟ ਹਰੀ ਸੀ, ਭਾਈ ਮਨਵਰ ਨੇ ਕਿਹਾ ਕਿ ਇਹਨੂੰ ਖਰਾਬ ਨਹੀਂ ਕਰਨਾ, ਲੇਕਿਨ ਐਤਕੀ ਵੇਖੋ ਮਾਸ਼ਾਅੱਲਾ ਜਿਹੜਾ ਨਾ ਇਸੇ ਪਿਉਂਦ 'ਚ ਫੋਟ ਨਿਕਲੀ, ਇੱਥੋਂ ਹੀ ਜਿਹੜਾ ਨਾ ਸ਼ੁਰੂ ਹੋ ਜਾਂਦਾ। ਮਾਸ਼ਾਅੱਲਾ ਤੂੜੀ ਜੀ ਅੱਜ ਛੱਡ ਗਏ ਨੇ, ਅਤੇ ਇਹਨਾਂ ਤੋਂ ਇਹ ਉਮੀਦ ਨਹੀਂ ਸੀ, ਮੈਂ ਆਉਂਦਾ ਸਾਂ ਵੀ ਨਾਲ ਜਿਹੜਾ ਨਾ ਉਹ ਵੀ ਥਾਂ ਵਗ ਜਾਏ, ਲੇਕਿਨ ਨਾ ਉਹ ਪੈਸੇ ਦੇ ਗਏ ਸਵੇਰੇ ਸਵੇਰੇ, ਨਾ ਫੋਨ ਚੁੱਕਦਾ ਪਿਆ, ਅਤੇ ਟਰਾਲੀ ਵੀ ਟੁਰ ਗਈ ਮਜ਼ਦੂਰਾਂ ਵਾਲੀ, ਅਤੇ ਹੁਣ ਵੇਖੋ ਕਿੱਦਾਂ ਲੈ ਕੇ ਜਾਂਦੇ ਨੇ। ਮੇਰਾ ਸਾਰਾ ਜਿਹੜਾ ਨਾ ਉਹ ਪਲੈਨ ਫੇਲ ਹੋ ਗਿਆ ਕਿ ਨਾਲ ਉਹ ਥਾਂ ਵੀ ਵਗ ਜਾਣ, ਅਤੇ ਹੁਣ ਇੰਤਜ਼ਾਰ ਕਰਨਾ ਪੈਣਾ, ਥਾਂ ਨਹੀਂ ਵਗਣੀ, ਅਤੇ ਬੂਟਾ ਚਲੋ ਖਾਲੀ ਉਹਨੂੰ ਪਾਣੀ ਆ ਜਾਏਗਾ, ਲੇਕਿਨ ਮੈਂ ਦੱਸਾਂ ਕਿ ਸਿੱਧੀ ਖੇਡ ਬਣ ਜਾਂਦੀ ਨਾ ਉਹ ਜ਼ਿਆਦਾ ਬਿਹਤਰ ਸੀ। ਵਲੋਗ ਨੂੰ ਇੱਥੇ ਐਂਡ ਕਰਨਾ, ਇਨਸ਼ਾਅੱਲਾ ਇੱਕ ਨਵੇਂ ਵਲੋਗ ਦੇ ਵਿੱਚ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਜਿਨ੍ਹਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ, ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਬਰ ਵਕਤ ਪਹੁੰਚ ਜਾਇਆ ਕਰਨ। ਇਜਾਜ਼ਤ ਦਿਓ, ਰੱਬ ਸੋਹਣੇ ਦੇ ਹਵਾਲੇ, ਰੱਬ ਰਾਖਾ, ਅੱਲਾਹ ਹਾਫਿਜ਼।